ਦੋਸਤੋ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਅੱਜ ਅਸੀਂ ਗੱਲ ਕਰਾਂਗੇ ਕਿ ਨਵਾਜ਼ ਸ਼ਰੀਫ ਨੂੰ ਕਿਹੜੀ ਖਤਰਨਾਕ ਬਿਮਾਰੀ ਹੈ ਅਤੇ ਅਗਰ ਆਮ ਕਿਸੇ ਮਾਤੜ ਸਾਥੀ ਬੰਦੇ ਨੂੰ ਬਿਮਾਰੀ ਹੋਵੇ ਤਾਂ ਕਿਹੜੇ ਕਿਹੜੇ ਟੈਸਟ ਕਰਾਵੇ। ਸਭ ਤੋਂ ਪਹਿਲਾਂ ਜਿਹੜੀ ਤੁਸੀਂ ਮੈਡੀਸਨ ਜਾਂ ਦਵਾਈਆਂ ਖਾ ਰਹੇ ਹੋ ਉਹਨਾਂ ਦੇ ਸਾਈਡ ਇਫੈਕਟ ਦੀ ਵਜ੍ਹਾ ਤੋਂ ਵੀ ਬਿਮਾਰੀ ਹੋ ਸਕਦੀ ਹੈ। ਅਗਰ ਤੁਹਾਡੇ ਪਲੇਟਲੈਟਸ ਕਾਊਂਟ ਘੱਟ ਆ ਰਹੇ ਇਹਦੇ ਵਾਸਤੇ ਸਭ ਤੋਂ ਪਹਿਲਾਂ ਜਿਹੜਾ ਟੈਸਟ ਕਰਾਇਆ ਜਾਂਦਾ ਉਹਨੂੰ CBC ਕਹਿੰਦੇ ਹਨ। ਇਹਦੇ ਵਿੱਚ ਤੁਹਾਡੇ ਅਗਰ ਪਲੇਟਲੈਟਸ ਕਾਊਂਟ ਘੱਟ ਆ ਰਹੇ ਤਾਂ ਇਹਦਾ ਮਤਲਬ ਹੈ ਤੁਹਾਨੂੰ ਕੈਂਸਰ ਵੀ ਹੋ ਸਕਦਾ ਹੈ, ਅਤੇ ਕੈਂਸਰ ਵਾਸਤੇ ਤੁਸੀਂ ਇੱਕ ਟੈਸਟ ਕਰਾਓਗੇ ਜਿਹਨੂੰ ਕਹਿੰਦੇ ਹਨ ਬੋਨ ਮੈਰੋ ਟੈਸਟ। ਇਸ ਤੋਂ ਇਲਾਵਾ ਤੁਸੀਂ ਗੁਰਦੇ ਵਾਸਤੇ ਇੱਕ ਟੈਸਟ ਕਰਾਓਗੇ ਜਿਹਨੂੰ ਕਹਿੰਦੇ ਹਨ ਬਨ। ਇਹਦਾ ਮਤਲਬ ਹੁੰਦਾ ਕਿ ਤੁਹਾਡੇ ਖੂਨ 'ਚ ਕੋਈ ਗੰਦ ਤਾਂ ਨਹੀਂ ਇਕੱਠਾ ਹੋ ਰਿਹਾ। ਇਹਦੇ ਨਾਲ ਤੁਸੀਂ ਇੱਕ ਟੈਸਟ ਕਰਾਓਗੇ ਜਿਹਨੂੰ ਕਹਿੰਦੇ ਹਨ ਕ੍ਰੀਟੀਨਾਈਨ। ਇਸ ਤੋਂ ਬਾਅਦ ਇੱਕ ਟੈਸਟ ਹੁੰਦਾ ਹੈ, ਇਕੱਠੇ ਦੋ ਟੈਸਟ ਕੀਤੇ ਜਾਂਦੇ PT ਔਰ APTT ਟੈਸਟ। ਇਹ ਦੋਵੇਂ ਟੈਸਟ ਦੱਸਦੇ ਹਨ ਕਿ ਤੁਹਾਡੇ ਜਿਸਮ ਦੇ ਕਿਸੇ ਹਿੱਸੇ 'ਚੋਂ ਇੰਟਰਨਲ ਬਲੀਡਿੰਗ ਤਾਂ ਨਹੀਂ ਹੋ ਰਿਹਾ, ਖੂਨ ਵਗ ਤਾਂ ਨਹੀਂ ਰਿਹਾ, ਕਿਹੜਾ ਖੂਨ ਜ਼ਾਇਆ ਤਾਂ ਨਹੀਂ ਹੋ ਰਿਹਾ, ਜਾਂ ਖੂਨ ਤੁਹਾਡਾ ਜਮ ਤਾਂ ਨਹੀਂ ਰਿਹਾ। ਉਸ ਤੋਂ ਬਾਅਦ ਤੁਸੀਂ ਇੱਕ ਹੋਰ ਟੈਸਟ ਕਰਾਓਗੇ ਕਿ ਉਹਦੇ ਵਿੱਚ ਤੁਹਾਡਾ ਅਲਟਰਾਸਾਊਂਡ ਕੀਤਾ ਜਾਏਗਾ, ਤੁਹਾਡੇ ਸਪੈਲਨ ਦਾ ਸਾਈਜ਼ ਦੇਖਿਆ ਜਾਏਗਾ, ਵਧਿਆ ਤਾਂ ਨਹੀਂ, ਅਗਰ ਵਧਿਆ ਤਾਂ ਮਤਲਬ ਹੈ ਕੋਈ ਬਿਮਾਰੀ ਹੈ, ਉਹਨੂੰ ਫਿਰ ਹੱਲ ਕੀਤਾ ਜਾਏਗਾ। ਉਸ ਤੋਂ ਬਾਅਦ ਤੁਹਾਡੇ ਲੀਵਰ ਫੰਕਸ਼ਨ ਟੈਸਟ ਕੀਤੇ ਜਾਣਗੇ, ਤੁਹਾਡੇ ਜਿਗਰ ਨੂੰ ਦੇਖਿਆ ਜਾਏਗਾ, ਅਗਰ ਜਿਗਰ ਵਿੱਚ ਕੋਈ ਮਸਲਾ ਹੈ ਤਾਂ ਉਹਨੂੰ ਹੱਲ ਕੀਤਾ ਜਾਏਗਾ। ਇਸ ਤੋਂ ਬਾਅਦ ਤੁਹਾਡੇ ਜਿਸਮ 'ਚ ਅਗਰ ਆਇਰਨ ਦੀ ਕਮੀ ਹੈ, B12 ਦੀ ਕਮੀ ਹੈ, ਜਾਂ ਫੋਲਿਕ ਐਸਿਡ ਘੱਟ ਹੈ, ਤਾਂ ਫਿਰ ਵੀ ਤੁਹਾਨੂੰ ਇਹ ਮਸਲਾ ਹੋ ਸਕਦਾ ਹੈ, ਤੁਹਾਡੇ ਪਲੇਟਲੈਟਸ ਕਾਊਂਟ ਘੱਟ ਹੋ ਸਕਦੇ ਨੇ। ਅਗਰ ਤੁਹਾਡੇ ਜਿਸਮ 'ਤੇ ਦਾਣੇ ਨਿਕਲੇ ਤੁਹਾਨੂੰ ਚਿਕਨ ਪੋਕਸ ਹੋ ਸਕਦਾ ਹੈ। ਇਸ ਤੋਂ ਇਲਾਵਾ ਤੁਹਾਨੂੰ ਹੈਪੇਟਾਈਟਸ ਸੀ ਹੋ ਸਕਦਾ ਹੈ, HIV ਜਾਂ ਜਿਹਨੂੰ ਏਡਸ ਕਹਿੰਦੇ ਨੇ, ਇਹ ਵੀ ਤੁਹਾਨੂੰ ਹੋ ਸਕਦਾ ਹੈ, ਇਹਦਾ ਵੀ ਟੈਸਟ ਤੁਹਾਨੂੰ ਕਰਾਉਣਾ ਪਏਗਾ। ਇਸ ਤੋਂ ਇਲਾਵਾ ਇੱਕ ਟੈਸਟ ਹੁੰਦਾ ਜਿਹਨੂੰ ਕਹਿੰਦੇ ਨੇ ਆਨਾ ਐਂਟੀਬਾਡੀ, ਤੁਹਾਡੇ ਜਿਸਮ 'ਚ ਕੋਈ ਇਨਫੈਕਸ਼ਨ ਤਾਂ ਨਹੀਂ ਮੌਜੂਦ, ਜੇ ਤੁਹਾਡੇ ਸਹੀ ਜਿਸਮ ਦੇ ਸੈਲਨ ਉਹਨਾਂ ਨੂੰ ਮਾਰ ਰਿਹਾ ਹੋਵੇ, ਸਹੀ ਜਿਹੜੇ ਖੂਨ ਦੇ ਜ਼ਰਾਤ ਹੁੰਦੇ ਨੇ ਜਿਹੜੇ ਸਹੀ ਕੰਮ ਕਰ ਰਹੇ। ਇਸ ਤੋਂ ਬਾਅਦ ਤੁਸੀਂ ਇੱਕ ਦਿਲ ਦਾ ਟੈਸਟ ਕਰਾਓਗੇ, ਅਗਰ ਉਹ ਵੀ ਠੀਕ ਹੈ ਤੁਸੀਂ ਇੱਕ ਹੋਰ ਟੈਸਟ ਜਿਹਨੂੰ ਕਹਿੰਦੇ ਨੇ ਕਿ ਹੋਲ ਬਾਡੀ MRI, ਪੂਰੇ ਜਿਸਮ ਦੀ MRI ਕਰਾਓਗੇ, ਤੁਹਾਨੂੰ ਬਿਮਾਰੀ ਦਾ ਪਤਾ ਚੱਲ ਜਾਏਗਾ। ਦੋਸਤੋ ਵੀਡੀਓ ਅਗਰ ਅੱਛੀ ਲੱਗੀ ਹੈ ਤਾਂ ਲਾਈਕ ਕਰੋ, ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ। ਵੀਡੀਓ ਦੇਖਣ ਦਾ ਸ਼ੁਕਰੀਆ।